की नाम थोड़ा? मेरा नाम हरमन कौर है। हाँ जी, हरमन कौर है मेरा नाम। हरमन कौर कितने की लव मैरिज करवाई? हाँ जी, साड़ी लव मैरिज सी की। कितने नाल हो? सनी नाल साड़ी लव मैरिज हुई सी। सनी कितने का रहने वाला? ओ सावन वाले झुग्गियां दे रहने वाले ने। दी गुरजी ਗੁਰਜੀ ਦੇ ਰਹਿਣ ਵਾਲੇ ਨੇ ਸਾਹਮਣੇ ਝੁਕੇ ਦੇ। ਅਸੀਂ ਫਰੀਦਕੋਟ ਵਾਲੀ ਸਾਈਡ ਦੇ ਰਹਿਣ ਵਾਲੇ ਆ ਤੇ ਕੀ ਹੋਇਆ ਜਿਹੜਾ ਹੁਣ ਅਸੀਂ ਸ਼ਹਿਰ ਆਏ ਵਿੱਚ ਤੇ ਅਚਾਨਕ ਸਾਡੇ ਨਾਲ ਹਾਦਸਾ ਬਣ ਗਿਆ। ਅਸੀਂ ਸ਼ਹਿਰ ਆਏ ਜਦੋਂ ਸਾਡੇ ਵਿਆਹ ਨੂੰ 7 ਮਹੀਨੇ ਹੋਏ ਨੇ ਹਲੇ ਤਕਰੀਬਨ, ਤੇ ਦਵਾਈ ਲੈਣ ਆਏ ਸੀ ਅਸੀਂ ਸ਼ਹਿਰ। ਮੰਮੀ ਮੇਰੇ ਸੀ ਨਾਲ, ਡੈਡੀ ਸੀਗੇ ਤੇ ਮੇਰਾ ਹਸਬੈਂਡ ਸੀ ਤੇ ਮੈਂ ਸੀ। ਅਸੀਂ ਪਹਿਲਾਂ ਦਵਾਈ ਲੈ ਕੇ ਤੇ ਅਸੀਂ ਘਰੇ ਚਲੇ ਗਏ। ਮੇਰੀ ਦੀਦੀ ਦੇ ਘਰ ਬੈਠੇ ਉੱਥੇ ਅਸੀਂ ਸਾਰੇ ਜਾਣੇ, ਤੇ ਮੰਮੀ ਤੇ ਡੈਡੀ ਸੀ ਜਿਹੜਾ ਉਹਨਾਂ ਨੂੰ ਉੱਥੇ ਛੱਡਿਆ, ਤੇ ਅਸੀਂ ਦੋਵੇਂ ਹਸਬੈਂਡ ਵਾਈਫ ਅਸੀਂ ਸ਼ੁੱਧਾ ਕੇਂਦਰ ਚਲੇ ਗਏ ਆਧਾਰ ਕਾਰਡ ਸਹੀ ਕਰਵਾਉਣ ਲਈ। ਜਦੋਂ ਆਧਾਰ ਕਾਰਡ ਸਹੀ ਕਰਵਾਇਆ ਉੱਥੇ, ਆਧਾਰ ਕਾਰਡ ਸਹੀ ਕਰਵਾਉਣਾ ਸੀ ਤੇ ਉੱਥੇ ਆਧਾਰ ਕਾਰਡ ਅਸੀਂ ਜਦੋਂ ਦੇਖਿਆ ਵੀ ਉੱਥੇ ਭੀੜ ਬੜੀ, ਅਸੀਂ ਟਾਈਮ ਨਾਲ ਜਾਣਾ ਸੀ ਘਰੇ, ਤੇ ਫਿਰ ਅਸੀਂ ਵਾਪਸ ਮੁੜ ਪਏ ਉੱਥੋਂ ਨਾਲ ਦੀ ਨਾਲ। ਉੱਥੋਂ ਵਾਪਸ ਆ ਕੇ ਤੇ ਫਿਰ ਉਹਨੇ ਆਣ ਕੇ ਮੇਰੇ ਨਾਲ ਚਾਵਲ ਖਾਧੇ ਨੇ, ਰੋਟੀ ਖਾਧੀ ਅਸੀਂ ਦੋਵਾਂ ਨੇ ਰੋਟੀ ਖਾ ਕੇ। ਤੇ ਬਾਅਦ 'ਚ ਮੈਨੂੰ ਕਹਿੰਦਾ ਮੈਂ ਤਾਂ ਵਾਪਸ ਜਾਣਾ, ਉਹ ਕੰਮ 'ਤੇ ਲੱਗੇ ਵਿੱਚ ਹੀ ਫਾਰਮ ਹਾਊਸ, ਉੱਥੇ ਕਹਿੰਦੇ ਮੈਂ ਵਾਪਸ ਜਾਣਾ ਜ਼ਰੂਰੀ ਆ ਮੇਰਾ। ਅਤੇ ਬਾਅਦ 'ਚ ਮੈਂ ਕਿਹਾ ਵੀ ਚੱਲਦੇ ਹਾਂ ਕੋਈ ਨਾ। ਫਿਰ ਬਾਅਦ 'ਚ ਕਹਿੰਦੇ ਕਿ ਮੇਰੇ ਕੋਲ ਪੈਸੇ ਹੈਗੇ ਨੇ, ਅਤੇ ਮੈਂ ਟੀ ਵੀ ਪੁੱਛ ਕੇ ਉਹਨਾਂ 'ਤੇ ਟੀ ਵੀ ਪੁੱਛਣ ਗਏ ਸੀ ਉਹ, ਅਤੇ ਟੀ ਵੀ ਪੁੱਛ ਕੇ ਆਏ ਉਹਨਾਂ ਨੂੰ, ਅਤੇ ਉੱਥੇ ਮੇਰੀ ਗੱਲ ਕਰਵਾਈ। ਉਸ ਤੋਂ ਬਾਅਦ ਕਿੰਨੇ ਕੁ ਵਜੇ ਗੱਲ ਹੋਈ? ਮੇਰੀ 3 ਵਜੇ ਦੀ ਗੱਲ ਹੋਈ, ਉਹਦੀ 3 ਵਜੇ ਉਹਨਾਂ ਨਾਲ ਗੱਲ ਹੋਈ। ਅਤੇ ਬਾਅਦ 'ਚ ਉਹਨਾਂ ਨੇ ਉੱਥੇ ਜਾ ਕੇ, ਮੈਂ ਉਹਨਾਂ ਨੂੰ ਫੋਨ ਲਾਇਆ ਜਦੋਂ ਉੱਥੇ ਪਹੁੰਚੇ, ਅਤੇ ਉਹਨਾਂ ਨਾਲ ਗੱਲ ਕੀਤੀ ਵੀ ਉਹ ਕਹਿੰਦਾ ਵੀ ਆਵੇ ਮੈਂ ਟੀਵੀਆਂ ਵਾਲੀ ਦੁਕਾਨ 'ਤੇ ਹਾਂ ਵੀ ਜਿਹਦੇ ਟੀ ਵੀ ਲੈਣਾ ਉਹ ਰੋਟੀ ਖਾਂਦਾ ਪਿਆ, ਅਤੇ ਉਹਨਾਂ ਨਾਲ ਮੇਰੀ ਥੋੜ੍ਹੀ ਜਿਹੀ ਗੱਲ ਕਰਵਾਈ। ਅਤੇ ਬਾਅਦ 'ਚ ਮੈਂ ਉਹਦੇ ਨਾਲ ਗੱਲ ਕੀਤੀ ਅਤੇ ਮੈਨੂੰ ਕਹਿੰਦਾ ਵੀ ਮੈਂ ਕਿਹਾ ਮੈਂ ਚੁੰਨੀ ਲੈਣੀ ਹੈ, ਅਤੇ ਕਹਿੰਦਾ ਮੈਂ ਆਉਂਦਾ ਪਿਆ ਬਸ ਆ ਗਿਆ ਥੋੜ੍ਹੇ ਟਾਈਮ ਨੂੰ। ਅਤੇ ਉਸ ਤੋਂ ਬਾਅਦ ਅਸੀਂ ਉੱਥੇ ਦੁਕਾਨ 'ਤੇ ਗਏ ਚੁੰਨੀ ਵਾਲੀ, ਅਤੇ ਉੱਥੇ ਦੇਖਿਆ ਟੀ ਵੀ ਵਾਲੀ ਦੁਕਾਨ 'ਤੇ ਉੱਥੇ ਵੀ ਨਹੀਂ ਸੀ। ਉਸ ਤੋਂ ਬਾਅਦ ਅਸੀਂ ਬਹੁਤ ਫੋਨ ਲਾਉਣ ਦੀ ਕੋਸ਼ਿਸ਼ ਕੀਤੀ, ਫੋਨ ਵੀ ਨਹੀਂ ਚੱਲਿਆ। ਫਿਰ ਸਾਨੂੰ ਲੱਗਾ ਵੀ ਫਾਰਮ ਹਾਊਸ ਸ਼ਾਇਦ ਕੰਮ 'ਤੇ ਚਲਾ ਗਿਆ ਹੋਣਾ, ਕਹਿੰਦਾ ਸੀ ਵੀ ਮੈਨੂੰ ਜ਼ਰੂਰੀ ਹੈ। ਅਤੇ ਉੱਥੇ ਜਾ ਕੇ ਫਾਰਮ ਹਾਊਸ 'ਤੇ ਜਦੋਂ ਦੇਖਿਆ ਵੀ ਨਹੀਂ ਹੈਗਾ, ਫਿਰ ਅਸੀਂ ਬੱਸ ਦੀ ਆਖਰੀ ਬੱਸ ਤੱਕ ਉਡੀਕ ਕਰਦੇ ਰਹੇ, ਉਹਦੀ ਕੋਈ ਪਤਾ ਨਹੀਂ ਲੱਗਾ। ਫਿਰ ਸਵੇਰੇ ਜਦੋਂ ਅਸੀਂ ਗੌਰ ਕੀਤੀ, ਸਵੇਰੇ ਅਸੀਂ ਜਾਂਚ ਪੜਤਾਲ ਕੀਤੀ, ਸਾਰੇ ਟੀ ਵੀ ਵਾਲਿਆਂ ਨੂੰ ਪੁੱਛਿਆ, ਕੈਮਰੇ ਚੈੱਕ ਕਰਵਾਏ। ਉਸ ਤੋਂ ਬਾਅਦ ਅਸੀਂ ਥਾਣੇ ਰਿਪੋਰਟ ਕਰਵਾਈ, ਰਿਪੋਰਟ ਕਰਵਾ ਕੇ ਫਿਰ ਉੱਥੇ ਸਾਨੂੰ ਪੁਲਿਸ ਨੇ ਦੱਸਿਆ ਵੀ ਉਹਨਾਂ ਦੀ ਡੈੱਡ ਬੋਡੀ ਮਿਲੀ ਹੈ ਸਾਨੂੰ। ਕਿੱਥੇ? ਕਿਹੜੇ ਹਾਲਾਤਾਂ 'ਚ ਪਈ? ਉਹਨਾਂ ਨੇ ਗੁਰਦੁਆਰੇ ਦੇ ਕੋਲ ਪਈ ਸੀਗੀ, ਤੇ ਉੱਥੋਂ ਦੇ ਬਾਬੇ ਉਹਨਾਂ ਨੇ ਚੱਕਿਆ ਉਹਨੂੰ ਸਵੇਰੇ। ਤੇ ਤੁਹਾਨੂੰ ਕੀ ਦੱਸਿਆ? ਮਰ ਗਏ ਦੱਸੋਗੇ? ਹਿੰਦੀ? ਹਾਂਜੀ, ਸਾਨੂੰ ਦੱਸ ਦਿੱਤਾ। ਤੁਹਾਨੂੰ ਕੀ ਲੱਗਦਾ ਕਤਲ ਕੀਤਾ ਜਾਂ? ਹਾਂਜੀ, ਕਤਲ ਹੀ ਕੀਤਾ ਹੈ। ਕੀ ਹੁੰਦਾ? ਸਾਨੂੰ ਇਨਸਾਫ ਮਿਲ ਜੇ ਇਹ ਬਹੁਤ ਆ, ਸਾਨੂੰ ਇਨਸਾਫ ਚਾਹੀਦਾ। ਸਾਨੂੰ ਸ਼ੱਕ ਮੇਰੇ ਪਰਿਵਾਰ ਤੇ, ਉਹਦੇ ਦੋਸਤਾਂ ਤੇ, ਉਹਨਾਂ ਬਸ ਇਹਨਾਂ 'ਤੇ ਹੀ ਹੈ ਸ਼ੱਕ ਮੈਨੂੰ। ਹੋਰ ਕਿਸੇ 'ਤੇ ਵੀ? ਹਾਂਜੀ। ਕੀ ਮੰਗਦੇ? ਇਨਸਾਫ ਮਿਲਣਾ ਚਾਹੀਦਾ। ਹਾਂਜੀ, ਇਨਸਾਫ ਮਿਲਣਾ ਚਾਹੀਦਾ, ਜ਼ਰੂਰ ਇਨਸਾਫ ਮਿਲਣਾ ਚਾਹੀਦਾ ਸਾਨੂੰ। ਸੁਨੀਤਾ? ਸੁਨੀਤਾ ਕੀ ਹੋਇਆ ਤੁਹਾਡੇ ਭਰਾ ਨੂੰ? ਸਾਡੇ ਭਰਾ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ, ਉਹਨਾਂ ਨੂੰ ਇੰਨਾ ਬੁਰਾ ਮਾਰਿਆ, ਉਹਨਾਂ ਨੂੰ ਬਹੁਤ ਬੁਰਾ, ਉਹਨਾਂ ਨੂੰ ਇਹੋ ਜਿਹੀ ਸਜ਼ਾ ਦਿਓ, ਉਹਨਾਂ ਨੂੰ ਬਹੁਤ ਜ਼ਿਆਦਾ। ਬਹੁਤ ਜਲਦੀ ਇਨਸਾਫ ਚਾਹੀਦਾ ਸਾਡੇ ਭਰਾ ਦੇ ਕਾਤਲਾਂ ਨੂੰ, ਇੰਨਾ ਪੂਰੀ ਤਰ੍ਹਾਂ ਮਾਰੋ, ਸਾਨੂੰ ਇਨਸਾਫ ਬਹੁਤ ਜਲਦੀ ਚਾਹੀਦਾ। ਕਿੰਨੀ ਉਮਰ ਸੀ? ਉਮਰ 22 ਸਾਲ ਹੋਈ। ਹੋਣੀ ਵਿਆਹ? ਹਾਂਜੀ। ਕਿੰਨੀ ਦੇਰ? ਸਾਲ ਹੋਇਆ। ਹਾਂਜੀ ਹਾਂਜੀ। ਸਿਮਰਨ? ਸਿਮਰਨ ਕੀ ਭਰਾ ਸੀ ਤੁਹਾਡਾ? ਹਾਂਜੀ। ਤੁਹਾਡੇ ਤੋਂ ਵੱਡਾ ਸੀ ਜਾਂ ਛੋਟਾ ਸੀ? ਹਾਂਜੀ ਛੋਟਾ ਸੀ। ਇੱਕ ਭਰਾ ਸੀਗਾ? ਹਾਂਜੀ। ਕਿਸ ਤਰ੍ਹਾਂ ਹੁਣ ਮੌਤ ਹੋਈ, ਕੀ ਕਾਰਨ? ਹਾਂਜੀ ਕੋਈ
मदद करो सानू कित कुछ भी नहीं चंगा लगता तीन भैन सी साडा एक भरा सी साडे तो खो लिता गया असी कि जाइए हां जी हां जी हां जी हां जी लव मैरिज कराई सी उन्होंने कहा सी कि तुहाडे मुंडे नूं असी छड्डना नहीं बाहर निकलिया छड के आपके परिवार घटे चला जे मगर फिर पिछा भी फोन भी लाया तो फोन अगो बंद आंदा रहा चलदा ही नहीं रहा जी ते तिना भैन का एक भरा सी किन्नी उम्र है उम्र किन्नी जी एक दादे मेरा पुत्र भी चाहिए भी कोई सजा मिले मेरे पुत्र बहुत सजा दिती सजा उन्होंने मिलनी चाहिए जी हाँ जी मेरा नाम जी सुखा सिंह जी सुखा किसों दे रहा है हाँ जी पिंड सावन चुके हैं हाँ की होया जड़ा थोड़ा है लड़का किन्नी उम्र इंदी जी लगभग उम्र 24 साल है जी ते असी इत्थे फिरोजपुर दवाई लैन आए सी ते इंदी लव मैरिज मुंडे दी होई सी इत्थे केड़ी जगह ते ए जी पिंड चन्निया फरीदकोट दे हलके च फरीदकोट दे एरिया च पिंड हाँ जी उत्थे चन्निया पिंड उत्थे होई सी इनू 8-9 महीने हो गए जी ते उत्थों धमकियां भी कुछ आंदियां सी भी मुंडा सानू किते भी टक्कर गया असी मुंडे नाल निबड़ांगे ते कुड़ी दी गल भी फोन च मां नाल हुंदी रहिंदी है धमकियां देंदे हां जी धमकियां देंदे सी ते उस तों बाद सानू असी रिपोर्ट थाने दित्ती भी सानू धड़कू हो गया दिल च भी साडा मुंडा लभ नहीं रहा ते असी लभ लुब के ते फिर जेड़े बाऊ नाल लग्या सी मुंडा वो बाऊ ते मैं फिर असी इत्थे थाने आए सत्र थाने आन के दरखास्त दित्ती मुंशी नूं मिले मुंशी ने कहा भी मुंडा असी लियांदा ते गया एक बौडी चक के ते उन्हां च तुसी वेख सकदे मुंडा सियाणो भी मुंडे दी पेंट किस तरह बूट किस तरह पाए ने ते उन्ने पुछा भी बूट किस दे रंग दे ने मैं आख्या जी नीले रंग दे मैं ते उहदा पेंट किहो जी पाई मैं पेंट चिट्टी पाई जी ते शर्टां दा किहो जी पाई मैं आख्या भी चिट्टी पाई जी हाँ जी मैं आख्या भी बिल्कुल साडा मुंडा हाँ जी कतल किया गया जी मूँह दे विचों रत निकलती पई सी ते मुंडे दा जिवें गल कुट के मारिया गया जी किथे ले जा के मारिया ए जी अपने नमान गुरद्वारा उत्थे जा जी किया गया साडी मंग है जी सानू न्याय मिलना चाहिए जेडे कातला ने मारा है उन्हां कोल सानू न्याय दवाना चाहिए सरकार वालों सर एक नौजवान की मिली सी लाश की मामला एक नौजवान सन्नी पुत्र सुखा सिंह वासी बंबा जी जो सू लाश मिली सी वह लवारस हाल च मिली सी जी असी काफ़ी देर भाल करने तो बाद सारे पिंड आवाजा दवाइया उस तो बाद उन्हें शनाखत हुई भी है जिहड़ा सन्नी पुत्र सुखा सिंह पंबा जी का रहने वाला है जो कि 15 तरीक
अपने पिता अपनी माता दे वाइफ दे नाल फरीदपुर सिटी जीरा गेट आया सीगा, जिते उन्हें दो भैन वही हैं, एक भैन के घरे भी गया। तो 3:21 के 53 सेकेंड से उनका फोन बंद हो गया। उस तो बाद की घटना वापरी, उनकी सुबह सानू लाश मिली 10 बजे अगले दिन 16 तारीख लवार सी। हाँ, असी उनकी तफ्तीश कर रहे हैं, तो पूरी उम्मीद है कि असी आज ही दोषी नू जो कातल है उन्हें गिरफ्तार करा। कतल किया गया, वैसे असी उनका जो बॉडी एग्जामिन करने तो बाद उनके शरीर से कोई सट वगैरह नहीं पाई गई सी, लेकिन पोस्टमार्टम रिपोर्ट दे विच क्लीयर हो जाएगा भी उनका डैथ ऑफ काज की है, उन्होंने मारन का की कारण है, किस कारण करके उनकी मौत हुई है, विसरा भी कटवाया गया, जितों सानू क्लीयर हो जाएगा भी इनका इनकी मौत किस तरीके नाल हुई है। ਸਾਡੇ ਕੋਲ ਇੱਕ ਬੋਡੀ ਆਈ ਸੀਗੀ, ਪੁਲਿਸ ਵਾਲੇ ਲੈ ਕੇ ਆਏ ਨੇ, ਉਹਦੇ ਘਰ ਦੇ ਕਹਿ ਰਹੇ ਨੇ ਕਿ ਉਹਦਾ ਕਤਲ ਹੋਇਆ ਗਿਆ, ਤੇ ਇਸ ਕਰਕੇ ਕਤਲ ਵਾਲੇ ਕੇਸ ਫਰੀਦਕੋਟ ਹੁੰਦੇ ਨੇ, ਅਸੀਂ ਉਹਨਾਂ ਦੀ ਬੋਡੀ ਫਰੀਦਕੋਟ ਰੈਫਰ ਕਰ ਰਹੇ ਨੇ। ਥੋੜ੍ਹੇ ਬਹੁਤ ਮੂੰਹ 'ਤੇ ਨਿਸ਼ਾਨ ਹੈਗੇ ਨੇ, ਬਟ ਉਹ ਸਭ ਬਾਕੀ ਸਾਰਾ ਸਭ ਕੁਛ ਉਹ ਫੋਰੈਂਸਿਕ ਵਾਲੇ ਐਕਸਪਰਟ ਜਿਹੜੇ ਹੁੰਦੇ ਨੇ ਫਰੀਦਕੋਟ 'ਚ ਉਹ ਤੁਹਾਨੂੰ ਦੱਸ ਦੇਣਗੇ। ਸੰਨੀ ਨਾਂ ਹੈ, ਉਮਰ ਦਾ ਹਲੇ ਪਤਾ ਨਹੀਂ, ਉਹ ਪੁਲਿਸ ਪੇਪਰ 'ਚ ਲਿਖਿਆ ਉਹਨੇ 22 ਸਾਲ ਉਮਰ ਹੈ। ਹਾਂਜੀ, ਫਰੀਦਕੋਟ ਰੈਫਰ ਕਰਤਾ ਸੀ, 3 ਬੋਰਡਰ ਡਾਕਟਰਸ ਨੇ ਮਿਲ ਕੇ ਉਹਨੂੰ ਫਰੀਦਕੋਟ ਰੈਫਰ ਕਰਤਾ ਜੀ। ਡਾਕਟਰ ਸ਼ਿਵਮ ਸਿੰਗਲਾ ਜੀ।